ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਆ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਇਹ ਹੈਗੀ ਆ, ਜੇ ਤੁਸੀਂ ਰੋਮਾਨੀਆ ਤੋਂ ਜਰਮਨ ਦੇ ਵਿੱਚ ਜਾਣਾ ਵਾ, ਉਹਦੇ ਨਾਲ ਰਿਲੇਟਡ ਆ ਕਿ ਤੁਸੀਂ ਉੱਥੇ ਜਿਹੜਾ ਆਪਣਾ TRC ਕਾਰਡ ਕਿਵੇਂ ਚੇਂਜ ਕਰਾ ਸਕਦੇ ਹੋ, ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਹੁਣ ਪੋਸੀਬਲ ਹੋ ਗਈਆਂ, ਜਿੱਦਾਂ ਰੋਮਾਨੀਆ ਸ਼ੈਂਗਨ ਜ਼ੋਨ ਦੇ ਵਿੱਚ ਐਂਟਰ ਹੋ ਗਿਆ, ਅਤੇ ਹੁਣ ਜਿਹੜਾ ਵਾ ਜਿਹੜਾ ਜਰਮਨ ਹੈ ਉਹ ਬਹੁਤ ਸਾਰੇ ਵਰਕ ਪਰਮਿਟ ਜਿਹੜੇ ਮਤਲਬ ਉਹਨਾਂ ਨੇ ਇਸ਼ੂ ਕੀਤੇ ਆ, ਉਹਨਾਂ ਨੂੰ ਵਰਕਰਾਂ ਦੀ ਲੋੜ ਆ। ਸੋ ਜਿਸ ਵੀ ਵੀਰ ਨੇ ਰੋਮਾਨੀਆ ਤੋਂ ਜਰਮਨ ਜਾਣਾ ਵਾ ਲੀਗਲ ਤੌਰ 'ਤੇ ਜਾਂ ਲੀਗਲ ਤੌਰ 'ਤੇ ਕੰਮ ਕਰਨਾ ਵਾ, ਤਾਂ ਉਹ ਇਹ ਚੀਜ਼ ਟਰਾਈ ਕਰ ਸਕਦਾ ਵਾ, ਕਿਉਂਕਿ ਜੇ ਜਰਮਨ ਦੇ ਵਿੱਚ ਤੁਹਾਡੇ ਲਿੰਕ ਹੈਗੇ ਆ ਤਾਂ ਤੁਹਾਨੂੰ ਈਜ਼ੀਲੀ ਸਾਰਾ ਕੁਝ ਜਿਹੜਾ ਵਾ ਤੁਹਾਡਾ ਹੋ ਸਕਦਾ। ਬਾਕੀ ਇੱਕ ਗੱਲ ਇਹ ਆ, ਕਦੇ ਵੀ ਨੈਗੇਟਿਵ ਨਹੀਂ ਹੋਣਾ, ਪੋਜ਼ਿਟਿਵ ਹੀ ਹੋਣਾ ਵਾ, ਕੋਈ ਚੀਜ਼ ਇੱਦਾਂ ਦੀ ਨਹੀਂ ਹੈਗੀ ਜਿਹੜੀ ਹੋ ਨਹੀਂ ਸਕਦੀ, ਠੀਕ ਆ। ਸੋ ਇਸ ਕਰਕੇ ਰੋਮਾਨੀਆ ਤੋਂ ਜਰਮਨ ਤੁਸੀਂ ਲੀਗਲ ਤੌਰ 'ਤੇ ਕਿੱਦਾਂ ਜਾ ਸਕਦੇ, ਕਿੱਦਾਂ ਉੱਥੇ ਕੰਮ ਕਰ ਸਕਦੇ, ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਵਾਂ। ਬਾਕੀ ਟਰਾਈ ਤੁਸੀਂ ਖੁਦ ਕਰਨਾ। ਸਭ ਤੋਂ ਪਹਿਲਾਂ ਜੇ ਤੁਸੀਂ ਰੋਮਾਨੀਆ ਦੇ ਵਿੱਚ ਕੰਮ ਕਰਦੇ ਹੋ ਜਾਂ ਰੋਮਾਨੀਆ ਤੋਂ ਹੋਰ ਵੀ ਕੋਈ ਕੰਟਰੀ ਲਾ ਲਓ, ਜਾਂ ਬਲਗਾਰੀਆ 'ਚ ਕੰਮ ਕਰਦੇ ਆ ਜਾਂ ਯੂਰਪ ਦੇ ਕਿਸੇ ਵੀ ਕੰਟਰੀ 'ਚ ਕੰਮ ਕਰਦੇ ਆ, ਜੇ ਉੱਥੋਂ ਤੁਸੀਂ ਜਰਮਨ ਜਾਣਾ ਚਾਹੁੰਦੇ ਆ, ਸਭ ਤੋਂ ਪਹਿਲਾਂ ਤੁਹਾਡੇ ਕੋਲ ਜਿਹੜਾ ਵਾ ਜਿਹੜਾ ਵਾ ਕੰਟਰੈਕਟ ਹੋਣਾ ਚਾਹੀਦਾ ਵਾ ਜਰਮਨ ਦੀ ਕਿਸੇ ਕੰਪਨੀ ਦਾ, ਕਿਸੇ ਮਾਲਕ ਦਾ, ਕਿਸੇ ਵੀ ਜਿਹੜਾ ਉੱਥੇ ਕੋਈ ਸ਼ੋਪ ਆ, ਰੈਸਟੋਰੈਂਟ ਆ, ਕੁਛ ਵੀ ਉਹਦਾ ਤੁਸੀਂ ਕੰਟਰੈਕਟ ਲੈਣਾ। ਜਿਹੜਾ ਰੋਮਾਨੀਆ ਤੋਂ ਜਿਹੜਾ ਜਰਮਨ ਜਾਣ ਦਾ ਜਿਹੜਾ ਹੈਗਾ ਵਾ ਪ੍ਰੋਸੈਸ, ਉਹ ਥੋੜ੍ਹਾ ਡਿਫਰੈਂਟ ਆ। ਉਹ ਸੇਮ ਇੱਦਾਂ ਹੀ ਆ ਵੀ ਜਿੱਦਾਂ ਤੁਸੀਂ ਇੰਡੀਆ ਤੋਂ ਕਿਸੇ ਕੰਟਰੀ 'ਚ ਜਾਣਾ ਹੋਵੇ, ਯੂਰਪ ਦੀ ਕਿਸੇ ਵੀ ਕੰਟਰੀ 'ਚ, ਇੱਦਾਂ ਇਹ ਨਹੀਂ ਹੈਗਾ ਜਿੱਦਾਂ ਹੁਣ ਪੋਲੈਂਡ, ਮਤਲਬ ਇੱਥੋਂ ਤੁਸੀਂ ਕੰਟਰੈਕਟ ਲਿਆ ਚਾਹੇ ਨਹੀਂ ਲਿਆ, ਜੇ ਤੁਹਾਡੇ ਉੱਥੇ ਲਿੰਕ ਹੈਗੇ ਆ ਤਾਂ ਬੰਦੇ ਇੱਥੋਂ ਕਹਿੰਦੇ ਵੀ ਤੂੰ ਆ ਜਾ ਉੱਥੇ, ਉੱਥੇ ਜਾ ਕੇ ਉਹਨੂੰ ਕੰਟਰੈਕਟ ਦਵਾ ਕੇ ਬਾਅਦ ਵਿੱਚ ਹੁੰਦਾ ਜਿਹੜਾ ਸਾਰਾ ਪ੍ਰੋਸੈਸ ਕਰਾ ਦਿੰਦੇ ਆ, TRC ਕਾਰਡ ਚੇਂਜ ਕਰਵਾ ਦਿੰਦੇ ਹਨ ਉੱਥੇ, ਮਤਲਬ ਸ਼ੁਰੂ ਤੋਂ ਹੋ ਜਾਂਦਾ, ਉਹ ਪ੍ਰੋਸੈਸ ਨਹੀਂ ਆ। ਇੱਥੋਂ ਜੇ ਤੁਸੀਂ ਰੋਮਾਨੀਆ ਤੋਂ ਜਰਮਨ ਜਾਂਦੇ ਆ ਤਾਂ ਤੁਹਾਡਾ ਜਿਹੜਾ ਪ੍ਰੋਸੈਸ ਸਟਾਰਟਿੰਗ ਜ਼ੀਰੋ ਤੋਂ ਸਟਾਰਟ ਹੋਣਾ ਵਾ। ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਕੰਟਰੈਕਟ ਹੋਣਾ ਚਾਹੀਦਾ ਕੰਮ ਦਾ, ਤੁਸੀਂ ਉੱਥੇ ਕਿਸੇ ਵੀ ਮਾਲਕ ਕੋਲੋਂ ਕੰਟਰੈਕਟ ਲੈਣਾ ਜੇ ਤੁਹਾਨੂੰ ਮਿਲਦਾ, ਜਾਂ ਤੁਹਾਡੇ ਕੋਈ ਲਿੰਕ ਆ ਉੱਥੇ ਜਾਂ ਜਿੱਦਾਂ ਵੀ ਹਨ, ਜੇ ਤੁਹਾਨੂੰ ਉੱਥੇ ਕੋਈ ਕੰਟਰੈਕਟ ਮਿਲਦਾ ਵਾ ਕੰਮ ਦਾ, ਉਹ ਲੈਣ ਤੋਂ ਬਾਅਦ 'ਚ ਇੱਕ ਉਹ ਤੋਂ ਇਲਾਵਾ ਵੀ ਦੋ ਤਿੰਨ ਪੇਪਰ ਹੁੰਦੇ ਆ ਜਿਹੜੇ ਉਹ ਤੁਹਾਡੇ ਮਾਲਕ ਨੇ ਫਿਲ ਕਰਨੇ ਹੁੰਦੇ ਆ, ਉਹਦੇ ਵਿੱਚ ਤੁਹਾਡੀ ਡਿਟੇਲ, ਮਾਲਕ ਦੀ ਡਿਟੇਲ, ਅਤੇ ਮਤਲਬ ਉਹਦੇ ਵਿੱਚ ਇੱਕ ਲਿਖਿਆ ਹੁੰਦਾ ਕਿ ਮਾਲਕ ਵੱਲੋਂ ਲਿਖਿਆ ਹੁੰਦਾ ਕਿ ਮਾਲਕ ਨੂੰ ਜਿਹੜਾ ਵਾ ਬੰਦਾ ਕਿਉਂ ਚਾਹੀਦਾ ਵਾ। ਸੋ ਇਹ ਚੀਜ਼ ਜਿਹੜੀ ਆ ਇਹ ਉਹਨੇ ਸਾਰੀ ਮੈਂਸ਼ਨ ਕਰਨੀ ਹੁੰਦੀ ਆ। ਇਹਨਾਂ ਚੀਜ਼ਾਂ ਨੂੰ ਮੈਂਸ਼ਨ ਕਰਨ ਤੋਂ ਬਾਅਦ 'ਚ ਫਿਰ ਉਹ ਸਾਰੇ ਡਾਕੂਮੈਂਟ ਜਿਹੜੇ ਉਹਨੇ ਜਿਹੜਾ ਉੱਥੇ ਦੀ ਇਮੀਗ੍ਰੇਸ਼ਨ ਆ ਉੱਥੇ ਅਪਲਾਈ ਕਰਨੇ ਹੁੰਦੇ ਵਰਕ ਪਰਮਿਟ ਵਾਸਤੇ, ਠੀਕ ਆ। ਜਦੋਂ ਉੱਥੋਂ ਅਪਰੂਵ ਹੁੰਦਾ ਵਾ ਫਿਰ ਉਹ ਜਿਹੜੇ ਡਾਕੂਮੈਂਟ ਆ ਸਾਰੇ ਉਹ ਸਾਰੇ ਤੁਹਾਨੂੰ ਭੇਜਣੇ ਹੁੰਦੇ ਆ ਇੱਥੇ ਰੋਮਾਨੀਆ ਦੇ ਵਿੱਚ, ਜਿਸ ਵੀ ਕੰਟਰੀ ਤੁਸੀਂ XYZ 'ਚ ਵੀ ਹੈਗੇ ਆ ਉਸ ਕੰਟਰੀ ਦੇ ਵਿੱਚ ਤੁਹਾਨੂੰ ਇੱਥੇ ਭੇਜਣੇ ਹੁੰਦੇ ਆ। ਇੱਥੇ ਭੇਜਣ ਤੋਂ ਬਾਅਦ 'ਚ ਫਿਰ ਤੁਸੀਂ ਇੱਕ ਗੱਲ ਹੋਰ ਆ, ਉਹਦੇ ਵਿੱਚ ਇੱਕ ਜਿਹੜਾ ਨਾ ਕੋਲਮ ਹੁੰਦਾ ਵਾ ਕਿ ਤੁਹਾਨੂੰ ਵਰਕਰ ਕਿਉਂ ਚਾਹੀਦਾ ਵਾ ਮਾਲਕ ਨੂੰ, ਠੀਕ ਆ। ਮਾਲਕ ਨੂੰ ਵਰਕਰ ਕਿਉਂ ਚਾਹੀਦਾ, ਮਾਲਕ ਇਹ 'ਚ ਲਿਖ ਸਕਦਾ ਕਿ ਮੇਰੇ ਕੋਲੋਂ ਫੋਰ ਐਗਜ਼ਾਮਪਲ ਮੇਰੇ ਕੋਲ ਸਾਰੇ ਪੰਜਾਬੀ ਆ ਅਤੇ ਮੈਨੂੰ ਪੰਜਾਬੀ ਬੰਦਾ ਚਾਹੀਦਾ ਅਤੇ ਇਹ ਬੰਦਾ ਮੈਨੂੰ ਮਿਲ ਰਿਹਾ, ਜਾਂ ਫਿਰ ਉਹਨਾਂ ਨੂੰ ਇਹ ਹੁੰਦਾ ਕਿ ਮੈਨੂੰ ਇੱਕ ਪੰਜਾਬੀ ਬੰਦਾ ਚਾਹੀਦਾ ਵਾ ਜਿਹੜਾ ਐਜ਼ ਏ ਸ਼ੈੱਫ ਜਾਂ ਪੀਜ਼ੇ ਦਾ ਕੰਮ ਕਰਦਾ ਹੋਵੇ, ਜਾਂ ਉਹ ਕੰਟਰਕਸ਼ਨ ਦਾ ਕੰਮ ਕਰਦਾ ਹੋਵੇ, ਜਾਂ ਕੁਝ, ਜਾਂ ਉਹ ਮਾਲਕ ਕਹਿ ਸਕਦਾ ਕਿ ਮੇਰੇ ਕੋਲ ਜਿੰਨੇ ਵੀ ਕੰਪਨੀ 'ਚ ਵਰਕਰ ਆ ਸਾਰੇ ਇੰਡੀਅਨ ਪੰਜਾਬੀ ਆ, ਅਤੇ ਇਸ ਕਰਕੇ ਮੈਂ ਚਾਹੁੰਦਾ ਕਿ ਮੈਨੂੰ ਪੰਜਾਬੀ ਚਾਹੀਦਾ, ਕਿਉਂਕਿ ਉੱਥੇ ਉਹ ਇੱਕ ਸਵਾਲ ਪੁੱਛ ਲੈਂਦੇ ਕਿ ਤੁਹਾਨੂੰ ਵਰਕਰ ਜਰਮਨ ਤੋਂ ਕਿਉਂ ਨਹੀਂ ਮਿਲ ਰਿਹਾ, ਫਿਰ ਉੱਥੇ ਇਹ ਸਵਾਲ ਬਣਦਾ ਵਾ। ਫਿਰ ਜੇ ਜਾਂ ਕੋਈ ਗੁਜਰਾਤੀ ਜਾਂ ਕੋਈ ਵੀ ਉਹ ਦੱਸ ਸਕਦਾ ਕਿ ਮੇਰੇ ਕੋਲ ਸਾਰੇ ਗੁਜਰਾਤੀ ਆ ਅਤੇ ਮੈਂ ਹੈ ਨਾ ਮੈਨੂੰ ਇੱਕ ਗੁਜਰਾਤੀ ਬੰਦਾ ਹੀ ਚਾਹੀਦਾ, ਇਹ ਚੀਜ਼ ਮੈਂਸ਼ਨ ਕੀਤੀ ਹੁੰਦੀ ਆ, 99% ਜਿਹੜਾ ਵਾ ਤੁਹਾਨੂੰ ਵਰਕ ਪਰਮਿਟ ਜਿਹੜਾ ਅਪਰੂਵ ਹੋ ਜਾਂਦਾ ਵਾ, ਅਤੇ ਅਪਰੂਵ ਹੋਣ ਤੋਂ ਬਾਅਦ 'ਚ ਸਾਰੇ ਡਾਕੂਮੈਂਟ ਜਿੰਨੇ ਵੀ ਆ ਉਹ ਸਾਰੇ ਤੁਹਾਨੂੰ ਤੁਹਾਡਾ ਜਿਹੜਾ ਵਾ ਮਾਲਕ ਆ ਜਿਹੜਾ ਉੱਥੇ ਤੁਹਾਡਾ ਜਿਹੜਾ ਵੀ ਓਨਰ ਆ ਉਹ ਤੁਹਾਨੂੰ ਭੇਜ ਦਿੰਦਾ ਵਾ ਰੋਮਾਨੀਆ ਦੇ ਵਿੱਚ। ਇੱਥੇ ਸਿੰਪਲੀ ਕਰਨਾ ਹੁੰਦਾ ਤੁਸੀਂ ਜਿਹੜੀ ਜਰਮਨ ਦੀ
ਅੰਬੈਸੀ ਆ ਰਮਾਨੀਆ ਦੇ ਵਿੱਚ, ਬੁਕਾਰੈਸਟ ਵਿੱਚ, ਉਹਨਾਂ ਨੂੰ ਤੁਸੀਂ ਬਾਏ ਮੇਲ ਜਾਂ ਕਾਲ ਜਾਂ ਜਿੱਦਾਂ ਵੀ ਲਿਖ ਕੇ ਹੈ ਨਾ, ਉਹਨਾਂ ਕੋਲੋਂ ਤੁਸੀਂ ਅਪਾਇੰਟਮੈਂਟ ਲੈਣੀ ਹੁੰਦੀ ਹੈ ਐਜ਼ ਏ ਵਰਕ ਪਰਮਿਟ ਦੀ। ਐਜ਼ ਏ ਵਰਕ ਪਰਮਿਟ ਦੀ ਅਪਾਇੰਟਮੈਂਟ ਲੈਣ ਤੋਂ ਬਾਅਦ ਜਿਸ ਦਿਨ ਦੀ ਅਪਾਇੰਟਮੈਂਟ ਹੁੰਦੀ ਆ, ਸਾਰੇ ਡਾਕੂਮੈਂਟ ਲੈ ਕੇ, ਜਿਹੜੇ ਉਧਰੋਂ ਡਾਕੂਮੈਂਟ ਆਇਆ ਉਹ ਵੀ, ਉਸ ਤੋਂ ਇਲਾਵਾ ਤੁਹਾਡਾ TRC ਕਾਰਡ, ਤੁਹਾਡਾ ਪਾਸਪੋਰਟ, ਇਹ ਸਾਰੇ ਡਾਕੂਮੈਂਟ ਲੈ ਕੇ ਜਾ ਕੇ ਤੁਸੀਂ ਉੱਥੇ ਜਾਣਾ ਹੁੰਦਾ। ਫਿਰ ਉੱਥੇ ਇੱਕ ਸਵਾਲ ਇਹ ਵੀ ਅੰਬੈਸੀ ਪੁੱਛਦੀ ਆ, ਜਿਹੜੀ ਜਰਮਨ ਦੀ ਅੰਬੈਸੀ, ਕਿ ਤੁਸੀਂ ਕਿਉਂ ਜਾਣਾ ਚਾਹੁੰਦੇ ਹੋ ਉੱਥੇ। ਫਿਰ ਤੁਸੀਂ ਦੱਸਣਾ ਚਾਹੁੰ ਦੱਸ ਦਿਓ ਕਿ ਮੈਂ ਉੱਥੇ ਜਿਸ ਬੰਦੇ ਨਾਲ ਮੈਂ ਗੱਲ ਕੀਤੀ ਆ ਉਹਦੇ ਕੋਲ ਸਾਰੇ ਇੰਡੀਅਨ ਆ, ਅਤੇ ਜਿਹੜਾ ਉਹਦੇ ਕੋਲ ਕੰਮ ਆ ਉਹ ਮੈਨੂੰ ਕੰਮ ਵਧੀਆ ਆਉਂਦਾ ਵਾ, ਠੀਕ ਆ, ਵੀ ਮਤਲਬ ਇੱਥੇ ਮੈਂ ਕਿਸੇ ਹੋਰ ਕੰਮ 'ਚ ਸੀ, ਉੱਥੇ ਮੈਂ, ਮੈਨੂੰ ਉਹ ਮੇਰਾ ਜਿਹੜਾ ਪ੍ਰੋਫੈਸ਼ਨ ਕੰਮ ਆ ਜਿਹੜਾ ਮੈਂ ਕਰਦਾ ਵਾਂ ਨਾ, ਜਾਂ ਮੈਂ ਸਿੱਖਿਆ ਵਾ, ਅਤੇ ਮੈਨੂੰ ਉਹਦੇ ਵਿੱਚ ਜਿਹੜੀ ਆ ਜੋਬ ਮਿਲਦੀ ਪਈ ਆ, ਸੈਲਰੀ ਵਧੀਆ ਮਿਲਦੀ ਪਈ ਆ, ਅਤੇ ਇੱਕ ਨੋਰਮਲ ਜੀ ਇੰਟਰਵਿਊ ਹੁੰਦੀ ਆ, ਉਸ ਤੋਂ ਬਾਅਦ ਤੁਹਾਡਾ ਜਿਹੜਾ ਵਾ ਵਿਦਇਨ 1 ਜਾਂ 2 ਮਹੀਨੇ ਦੇ ਵਿੱਚ ਜਿਹੜਾ ਤੁਹਾਡਾ ਵੀਜ਼ਾ ਜਿਹੜਾ ਆ ਜਾਂਦਾ ਵਾ, ਕਿਉਂਕਿ ਉਹ ਸਾਰਾ ਕੁਛ ਜਿਹੜਾ ਉੱਥੋਂ ਵੈਰੀਫਾਈ ਹੋ ਕੇ ਜਰਮਨ ਤੋਂ ਆਉਣਾ ਹੁੰਦਾ। ਹੁਣ ਇੱਕ ਗੱਲ ਹੋਰ ਆ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸ ਦਿੰਦਾ ਵਾਂ। ਇੱਕ ਮੇਰਾ ਦੋਸਤ ਸੀਗਾ, ਉਹ ਇਸ ਟਾਈਮ 'ਤੇ ਇੱਥੇ ਨਹੀਂ ਹੈਗਾ, ਰਮਾਨੀਆ ਦੇ ਵਿੱਚ ਲਾਸਟ 4 ਸਾਲ ਤੋਂ ਸੀਗਾ, ਅਤੇ ਉਹ ਕਿਸੇ ਦੇ ਥਰੂ ਕੰਮ ਕਰਵਾ ਰਿਹਾ ਸੀਗਾ ਯੂਰਪ ਦੇ ਇੱਕ ਕੰਟਰੀ ਦਾ, ਅਤੇ ਉਸ ਕੰਟਰੀ ਬਾਰੇ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਇੱਕ ਤੁਹਾਡੀ ਤੁਹਾਨੂੰ ਵੀਡੀਓ ਬਣਾ ਕੇ ਮੈਂ ਦੱਸ ਦੂੰਗਾ, ਤੁਸੀਂ ਜਰਮਨੀ ਲਾ ਲਓ। ਅਤੇ ਕੰਮ ਕਰਵਾ ਰਿਹਾ ਸੀਗਾ, ਬਟ ਉਹ ਅੱਗਿਓਂ ਕੋਈ ਰਿਸਪੋਂਸ ਨਹੀਂ ਆ ਰਿਹਾ ਸੀ, ਮਤਲਬ ਕਦੀ ਕਹਿੰਦੇ ਸੀ ਕਿ ਇੰਨੇ ਪੈਸੇ ਲੈਣੇ, ਕਦੀ ਕਹਿੰਦੇ ਸੀ ਇੰਨੇ ਪੈਸੇ ਲੈਣੇ ਆ, ਜਾਂ ਫਿਰ ਉਹ ਕਹਿ ਦਿੰਦੇ ਸੀ ਕਿ ਸਾਡੇ ਕੋਲ ਕੰਮ ਹੈ ਨਹੀਂ ਆ। ਫਿਰ ਜਿੱਦਾਂ ਅਸੀਂ ਆਪਸ ਵਿੱਚ ਗੱਲ ਕੀਤੀ, ਮੈਂ ਉਹਨੂੰ ਕਿਹਾ ਵੀ ਤੂੰ ਟਰਾਈ ਕਰ, ਤੂੰ ਉੱਥੇ ਜਾਣ ਦੀ ਟਰਾਈ ਕਰ। ਮਾਲਕ ਜਿਹੜਾ ਸੀਗਾ, ਜਿਹੜਾ ਉਹਦਾ ਓਨਰ ਸੀਗਾ ਹੈ ਨਾ, ਉਹ ਕਹਿੰਦਾ ਸੀ ਵੀ ਮਤਲਬ ਉਹ ਕੋਈ ਇੰਟਰਸਟ ਨਹੀਂ ਲੈ ਰਿਹਾ ਸੀ, ਉਹਨੂੰ ਇਹ ਸੀ ਕਿ ਪਤਾ ਨਹੀਂ ਬੰਦੇ ਨੇ ਆਉਣਾ ਕਿ ਨਹੀਂ ਆਉਣਾ ਜਾਂ ਕਿੱਦਾਂ। ਫਿਰ ਲਿੰਕ ਬਣਾ ਕੇ ਅਸੀਂ ਇੱਕ ਲੋਇਰ ਲੱਭਿਆ ਉੱਥੇ, ਲੋਇਰ ਨੇ ਸਾਡੀ ਜਿਹੜੀ ਆ ਗੱਲ ਕਰਾਈ, ਠੀਕ ਆ। ਫਿਰ ਲੋਇਰ ਨੇ ਕਿਹਾ ਕਿ ਤੁਸੀਂ ਇੱਕ ਵਾਰੀ ਇੱਥੇ ਆਓ, ਮਤਲਬ ਉਹਨੇ ਡਾਕੂਮੈਂਟ ਪਹਿਲਾਂ ਇੱਥੋਂ ਸੈਂਡ ਕਰ ਦਿੱਤੇ, ਡਾਕੂਮੈਂਟ ਸਾਰੇ ਉੱਥੇ ਚਲ ਗਿਆ। ਉਸ ਤੋਂ ਬਾਅਦ 'ਚ ਫਿਰ ਲੋਇਰ ਨੇ ਕਿਹਾ ਵੀ ਇੱਕ ਵਾਰੀ ਤੁਸੀਂ ਇੱਥੇ ਆਓ, ਫੇਸ ਟੂ ਫੇਸ ਗੱਲ ਕਰੋ। ਮਤਲਬ ਉੱਦਾਂ ਕੁਛ ਨਹੀਂ ਹੋ ਰਿਹਾ ਸੀ ਲਾਸਟ 3 ਮਹੀਨੇ ਤੋਂ, ਮਤਲਬ 3 ਮਹੀਨੇ ਤੋਂ ਇੱਕ ਦੂਜੇ ਨਾਲ ਗੱਲ ਹੋ ਰਹੀ ਸੀ, ਲਾਰੇ ਲੱਪੇ ਜਿਹਾ ਲੱਗ ਰਹੇ ਸੀ, ਕੋਈ ਜ਼ਿਆਦਾ ਨਹੀਂ ਸੀ। ਫਿਰ ਬੰਦਾ ਫਿਜ਼ੀਕਲੀ ਉੱਥੇ ਗਿਆ, ਉਹਨੇ ਮਾਲਕ ਨਾਲ ਗੱਲ ਕੀਤੀ, ਲੋਇਰ ਨਾਲ ਗੱਲ ਹੋਈ, ਸਾਰਾ ਕੁਛ ਇਹਦਾ ਕਲੀਅਰ ਹੋਇਆ, ਡਾਕੂਮੈਂਟ ਸਾਰੇ। ਫਿਰ ਉਸ ਬੰਦੇ ਨੇ ਜਿਹੜਾ ਵਾ ਮਾਲਕ, ਉਹਨੇ ਫਿਰ ਕੰਟਰੈਕਟ ਦੇਣ ਵਾਸਤੇ ਹਾਂ ਕਾਹਲੀ, ਵੀ ਹਾਂ ਬੰਦਾ ਸਹੀ ਆ, ਕੰਮ ਕਰਾ ਕੇ ਦੇਖਿਆ, ਜੋ ਵੀ XYZ ਕਰਨ ਤੋਂ ਬਾਅਦ 'ਚ ਫਿਰ ਜਿਹੜਾ ਉੱਥੋਂ ਦਾ ਲੋਇਰ ਸੀ, ਵਕੀਲ ਸੀ, ਉਹਨੇ ਸਾਰਾ ਅਪਲਾਈ ਕਰ ਦਿੱਤਾ। ਥੋੜ੍ਹੀ ਬਹੁਤੀ ਉਹਦੀ ਫੀਸ ਸੀਗੀ, ਉਹਨੇ ਆਪਣੀ ਫੀਸ ਜਿਹੜੀ ਆ ਲੈ ਲਈ, ਉਹ ਵੀ ਉਹ ਕਹਿੰਦਾ ਮੈਨੂੰ 2 ਸ਼ਿਫਟਾਂ 'ਚ ਦੇ ਦੀ ਫੀਸ, ਮਤਲਬ ਕੁਝ ਜਿਹੜੀ ਆ ਪਹਿਲੋਂ ਜਦੋਂ ਕੰਮ ਤੁਹਾਡਾ ਸਟਾਰਟ ਕਰਨਾ, ਕੁਝ ਜਦੋਂ ਤੁਹਾਡਾ ਕੰਮ ਸਟਾਰਟ ਖਤਮ ਹੋ ਗਿਆ, ਉਦੋਂ ਸਾਰਾ ਕੁਝ ਹੋ ਗਿਆ। ਹੋਣ ਤੋਂ ਬਾਅਦ 'ਚ ਫਿਰ ਜਿਹੜਾ ਵੀ ਜੋ ਵੀ ਉਹਦਾ ਪ੍ਰੋਸੈਸ ਸੀਗਾ ਜਾਂ ਮਾਲਕ ਨਾਲ ਸੀਗਾ, ਮਾਲਕ ਨੂੰ ਟਰੱਸਟ ਹੋ ਗਿਆ ਕਿ ਹਾਂ ਬੰਦਾ ਇੱਥੇ ਹੀ ਆ। ਫਿਰ ਉਸ ਬੰਦੇ ਨੇ ਕਿਹਾ ਕਿ ਹੁਣ ਮੈਂ ਰਮਾਨੀਆ ਵਾਪਸ ਨਹੀਂ ਜਾਣਾ, ਮੈਂ ਇੱਥੇ ਹੀ ਰੁਕੂੰਗਾ, ਮਤਲਬ ਉਹ ਤਾਂ ਹੈਗੇ ਸੀਗੇ ਰਿਲੇਟਿਵ, ਉਹਨੇ ਉੱਥੇ ਸਟੇਅ ਕੀਤੀ, ਉਹ ਰੁਕਿਆ ਉੱਥੇ, ਜਦੋਂ ਉਹਦੇ ਡਾਕੂਮੈਂਟ ਸਾਰੇ ਆਏ, ਫਿਰ ਉਹ ਇੱਥੇ ਆਇਆ, ਉਹਨੇ ਵੀਜ਼ੇ ਵੂਜ਼ੇ ਦਾ ਸਾਰਾ ਕੰਮ ਕਰਾਇਆ, ਕਰਾਉਣ ਤੋਂ ਬਾਅਦ 'ਚ ਇਸ ਟਾਈਮ ਉਹ ਉੱਥੇ ਕੰਮ ਕਰ ਰਿਹਾ ਵਾ। ਸੋ ਇੱਦਾਂ ਹੋ ਜਾਂਦਾ ਵਾ, ਮਤਲਬ ਜਦੋਂ ਤੱਕ ਤੁਸੀਂ ਇੱਥੇ ਬੈਠੇ ਹਾਂ, ਜੇ ਤਾਂ ਤੁਹਾਡਾ ਕੋਈ ਕੰਮ ਕਰਾਉਂਦਾ ਵਾ, ਜੇ ਤੁਹਾਨੂੰ ਕੋਈ ਟਰੱਸਟ ਆ, ਠੀਕ ਆ। ਜੇ ਤੁਸੀਂ ਖੁਦ ਟਰਾਈ ਕਰਦੇ ਆ ਜਾਂ ਫਿਰ ਫੋਨ 'ਤੇ ਗੱਲਾਂ ਹੋਈ ਜਾਂਦੀਆਂ, ਉਹ ਗੱਲ ਨਹੀਂ ਬਣਦੀ ਹੈਗੀ। ਕੋਸ਼ਿਸ਼ ਕਰੋ ਕਿ ਉਹ ਤੁਸੀਂ ਆਪਣੇ ਮਾਲਕ ਨੂੰ ਫੇਸ ਟੂ ਫੇਸ ਮਿਲ ਲਓ। ਜਰਮਨ ਬਹੁਤਾ ਦੂਰ ਨਹੀਂ ਆ, ਜੇ ਤੁਸੀਂ ਇੱਥੋਂ ਬੁਕਾਰੈਸਟ ਤੋਂ ਟਿਕਟ ਲਓ ਤਾਂ ਟਿਕਟ ਕੋਈ ਬਹੁਤੀ ਮਹਿੰਗੀ ਨਹੀਂ ਹੈਗੀ, ਸਸਤੀਆਂ ਟਿਕਟਾਂ ਜਿਹੜੀਆਂ ਮਿਲ ਜਾਂਦੀਆਂ ਵਾ, ਅਤੇ ਤੁਸੀਂ ਇੱਕ ਵਾਰੀ ਨਾਲੇ ਘੁੰਮ ਆਓ 3-4 ਦਿਨ, ਅਤੇ ਨਾਲੇ ਉੱਥੇ ਜਾ ਕੇ ਆਪਣੇ ਮਾਲਕ ਨਾਲ ਗੱਲ ਕਰੋ। ਇਹ ਇੱਕ ਸੌਖਾ ਤਰੀਕਾ ਵਾ। ਬਾਕੀ ਵੀਜ਼ਾ ਜਿਹੜਾ ਵਾ ਪਾਸਪੋਰਟ 'ਤੇ ਲੱਗਦਾ ਵਾ। ਜਿੱਦਾਂ ਮੰਨ ਲਓ ਜੇ ਤੁਸੀਂ ਬੁਕਾਰੈਸਟ ਐਮਬੈਸੀ 'ਚ ਅਪਲਾਈ ਕਰਨਾ ਵਾ, ਤੁਹਾਡੇ ਪਾਸਪੋਰਟ 'ਤੇ ਸੇਮ ਵੀਜ਼ਾ ਲੱਗਣਾ ਵਾ ਜਿੱਦਾਂ ਦੂਸਰੇ ਯੂਰਪ ਦੇ ਕੰਟਰੀਆਂ ਦਾ ਲੱਗਦਾ। ਵੀਜ਼ਾ ਲੱਗਣ ਤੋਂ ਬਾਅਦ 'ਚ ਪਰ ਉਹ ਵਰਕ ਪਰਮਿਟ ਦਾ ਵੀਜ਼ਾ ਹੁੰਦਾ ਜਰਮਨ ਦੇ, ਵਰਕ ਪਰਮਿਟ ਦਾ ਵੀਜ਼ਾ ਲੱਗਣ ਤੋਂ ਬਾਅਦ 'ਚ ਫਿਰ ਤੁਸੀਂ ਜਿਹੜਾ ਵਾ ਉੱਥੇ ਬਾਏ ਫਲਾਈਟ ਲੈ ਕੇ, ਜਿਹੜਾ ਵਾ ਸਿੰਗਲ ਫਲਾਈਟ ਲੈ ਕੇ ਤੁਸੀਂ ਜਰਮਨ ਜਾਣਾ ਵਾ,
ਉੱਥੇ ਜਾਣ ਤੋਂ ਬਾਅਦ ਫਿਰ ਅਗਲਾ ਪ੍ਰੋਸੈਸ ਤੁਹਾਡੇ ਮਾਲਕ ਨੇ ਕਰਾਉਣਾ ਹੁੰਦਾ, ਉੱਥੇ ਦੇ TRC ਕਾਰਡ ਦਾ, ਫਿੰਗਰਪ੍ਰਿੰਟ ਦਾ ਸਾਰਾ ਕੁਛ ਉਹ ਤੁਹਾਡੇ ਮਾਲਕ ਨੇ ਕਰਾਉਣਾ ਹੁੰਦਾ। ਪਰ ਤੁਸੀਂ ਉਸ ਦਿਨ ਪਹਿਲੇ ਦਿਨ ਤੋਂ ਹੀ ਜਿਹੜਾ ਜਦੋਂ ਤੁਸੀਂ ਵਰਕ ਪਰਮਿਟ 'ਤੇ ਜਾਂਦੇ ਤਾਂ ਉੱਥੇ ਤੁਸੀਂ ਆਪਣਾ ਕੰਮ ਕਰ ਸਕਦੇ ਹਾਂ। ਸੋ ਇਹ ਇੱਕ ਸੌਖਾ ਤਰੀਕਾ ਸੀਗਾ ਜੇ ਤੁਸੀਂ ਜਰਮਨ ਜਾਣਾ ਚਾਹੁੰਦੇ ਹੋ ਅਰਮਾਨੀਆ ਤੋਂ। ਬਟ ਜੇ ਤੁਹਾਡੇ ਕੋਲ ਅੱਗੇ ਲਿੰਕ ਹੈਗੇ ਆ, ਲਿੰਕ ਮੀਨਸ ਤੁਹਾਡੇ ਕੋਲ ਕੋਈ ਇੱਦਾਂ ਦਾ ਜਿਹੜਾ ਵਾ ਮਾਲਕ ਹੈਗਾ ਜਿਹੜਾ ਤੁਹਾਨੂੰ ਵਰਕ ਪਰਮਿਟ ਦੇਵੇ, ਤੁਸੀਂ ਉੱਥੇ ਤੁਹਾਨੂੰ ਕੰਮ ਕਰਨ ਦੀ ਪਰਮਿਸ਼ਨ ਦੇਵੇ, ਤੁਹਾਡੇ ਡਾਕੂਮੈਂਟ ਬਣਾਵੇ, ਅਤੇ ਜੇ ਉਹਨੂੰ ਡਾਕੂਮੈਂਟ ਨਹੀਂ ਬਣਾਉਣੇ ਹੁੰਦੇ ਤੁਸੀਂ ਕਿਸੇ ਵਕੀਲ ਦੀ ਹੈਲਪ ਲੈ ਸਕਦੇ ਹਾਂ। ਜੇ 2-4-5 ਯੂਰੋ ਤੁਹਾਨੂੰ ਖਰਚਣਾ ਪੈ ਸਕਦਾ ਤਾਂ ਤੁਸੀਂ ਖਰਚ ਦਿਓ, ਬਟ ਇਹਦੇ 'ਚ ਤੁਹਾਨੂੰ ਜਿਹੜਾ ਆਪਸ਼ਨ ਮਿਲ ਜਾਂਦਾ। ਸੋ ਇਹ ਚੀਜ਼ ਜਿਹੜੀ ਆ ਇਹ ਨਹੀਂ ਹੈਗੀ ਕਿ ਤੁੱਕਾ ਵਾ, ਇਹ ਰਿਐਲਿਟੀ ਆ, ਠੀਕ ਆ। ਇਹ ਚੀਜ਼ ਹੋ ਰਹੀ ਆ, ਬੰਦੇ ਕਰ ਰਹੇ ਆ ਬਹੁਤ ਸਾਰੇ। ਅੱਛਾ, ਇੱਥੋਂ ਮੋਸਟਲੀ ਜਾਣ ਵਾਲੇ ਬੰਦੇ ਪਤਾ ਕਿਹੜੇ ਆ? ਨੇਪਾਲੀ ਵਰਕ ਪਰਮਿਟ ਦੇ ਜਿਹੜੇ ਜਾ ਰਹੇ ਜਰਮਨ, ਉਹ ਤੋਂ ਬਾਅਦ ਸ਼੍ਰੀਲੰਕਾ ਵਾਲੇ ਜਿਹੜੇ ਜਾ ਰਹੇ ਆ, ਕੇਰਲਾ ਸਾਈਡ ਵਾਲੇ। ਆਪਣੇ ਪੰਜਾਬੀ ਤਾਂ ਉੱਦਾਂ ਹੀ ਹੈ ਨਾ, ਚੱਕਿਆ ਝੋਲਾ ਤੁਰ ਪਏ, ਉੱਥੇ ਜਾ ਕੇ ਫਿਰ ਤੰਗ ਹੁੰਦੇ ਆ। ਬਟ ਇਹ ਇੱਕ ਸਹੀ ਪ੍ਰੋਸੈਸ ਆ, ਜੇ ਤੁਸੀਂ ਕਰਨਾ ਚਾਹੁੰਦੇ ਹੋ, ਜੇ ਕੁਛ ਕੋਈ ਵੀ ਕਰਨਾ ਚਾਹੁੰਦੇ ਟਰਾਈ ਕਰ ਸਕਦਾ। ਜੇ ਤੁਹਾਨੂੰ ਉੱਥੋਂ ਮਾਲਕ ਜਿਹੜਾ ਵਰਕ ਪਰਮਿਟ ਦੇ ਰਿਹਾ ਵਾ, ਤਾਂ ਤੁਸੀਂ ਜਿਹੜਾ ਵਾ ਟਰਾਈ ਕਰ ਲਓ। ਮੇਰਾ ਸੀਗਾ ਤੁਹਾਨੂੰ ਦੱਸਣਾ, ਕਿਉਂਕਿ ਇੱਥੋਂ ਇਹ ਚੀਜ਼ ਹੋ ਰਹੀ ਹੈ, ਜਿਹੜੀ ਚੀਜ਼ ਦਾ ਮੈਨੂੰ ਪਤਾ ਲੱਗਦਾ ਵਾ, ਜਾਂ ਜਿਹੜੀ ਚੀਜ਼ ਦਾ ਅਸੀਂ ਖੁਦ ਐਕਸਪੈਰੀਮੈਂਟ ਕੀਤਾ ਹੁੰਦਾ ਨਾ, ਜਿਹੜੀ ਚੀਜ਼ ਦਾ ਉਹ ਚੀਜ਼ ਅਸੀਂ ਦੱਸ ਦਿੰਦੇ ਹਾਂ ਵੀ ਹਾਂ ਵੀ ਭਾਈ ਇਹ ਸ਼ੋਰ ਆ। ਇਹ ਪੱਕੀ ਗੱਲ ਆ, ਐਜ਼ ਏ ਵਰਕ ਪਰਮਿਟ 'ਤੇ ਰਮਾਨੀਆ ਤੋਂ ਜਿਹੜੇ ਆ ਜਰਮਨ ਨੂੰ ਲੋਕ ਜਾ ਰਹੇ, ਕਿਉਂਕਿ ਜਰਮਨ ਨੂੰ ਵਰਕਰਾਂ ਦੀ ਬਹੁਤ ਲੋੜ ਆ। ਸੋ ਜੇ ਤੁਸੀਂ ਲੀਗਲ ਆ ਇੱਥੇ, ਤੁਹਾਡੇ ਕੋਲ TRC ਕਾਰਡ ਆ, ਅਤੇ ਤੁਸੀਂ ਜਾ ਸਕਦੇ। ਇਹਦੇ 'ਚ ਇੱਕ ਹੋਰ ਜਿਹੜਾ ਵਾ ਤੁਹਾਨੂੰ ਬੈਨੀਫਿਟ ਹੋ ਸਕਦਾ ਵਾ, ਜੇ ਤੁਹਾਡੇ ਕੋਲ ਕੋਈ ਸਕਿੱਲ ਆ ਬਹੁਤ ਚੰਗੀ, ਠੀਕ ਆ, ਜੇ ਤੁਹਾਨੂੰ ਜਰਮਨ ਤੋਂ ਮਿਲਦਾ ਪਿਆ ਵਾ ਵਰਕ ਪਰਮਿਟ, ਜੇ ਇੱਥੇ ਤੁਹਾਡਾ ਮਾਲਕ ਨਹੀਂ ਚੰਗਾ, ਤੁਹਾਡੀ ਸੈਲਰੀ ਨਹੀਂ ਚੰਗੀ, ਤੁਹਾਨੂੰ ਰਿਲੀਜ਼ ਲੈਟਰ ਨਹੀਂ ਦਿੰਦੇ, ਕੁਝ ਕਰਨ ਦੀ ਲੋੜ ਨਹੀਂ ਹੈਗੀ। ਜਦੋਂ ਤੁਹਾਡੇ ਉੱਥੋਂ ਡਾਕੂਮੈਂਟ ਆ ਜਾਂਦੇ ਆ ਨਾ ਬੁਕਾਰੈਸਟ ਅੰਬੈਸੀ ਦੇ ਵਿੱਚ, ਜੇ ਤੁਸੀਂ ਜਦੋਂ ਤੁਸੀਂ ਅਪਲਾਈ ਕਰਨਾ ਵਾ, ਉਹਦੇ ਵਾਸਤੇ ਤੁਹਾਨੂੰ ਕੋਈ ਰਿਲੀਜ਼ ਲੈਟਰ ਦੀ ਕੋਈ ਕੁਛ ਨਹੀਂ ਲੋੜ ਹੈਗੀ। ਜਸਟ ਤੁਹਾਡੀ TRC ਕਾਰਡ ਵੈਲਿਡ ਹੋਵੇ 6-7 ਮਹੀਨੇ, ਤੁਹਾਡਾ ਪਾਸਪੋਰਟ ਵੈਲਿਡ ਹੋਵੇ ਘੱਟੋ ਘੱਟ 1 ਸਾਲ 8 ਮਹੀਨੇ, ਉਹ ਵੈਲਿਡ ਹੋਵੇ। ਉਹ ਤੋਂ ਬਾਅਦ ਜਿਹੜੇ ਉੱਧਰੋਂ ਡਾਕੂਮੈਂਟ ਆਇਆ, ਅਤੇ ਇੱਕ ਅਪਾਇੰਟਮੈਂਟ ਲੈਣੀ ਹੁੰਦੀ ਹੈ, ਸਿੰਪਲੀ ਅਪਾਇੰਟਮੈਂਟ ਲਓ ਅਤੇ ਤੁਸੀਂ ਜਿਹੜਾ ਅੰਬੈਸੀ ਚੱਲ ਜਾਣਾ। ਇਹਦੇ ਵਿੱਚ ਜਿਹੜੀ ਜਿਸ ਕੰਪਨੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਰਵਾਨੀਆਂ ਦੇ ਵਿੱਚ, ਉਹਦਾ ਕੋਈ ਰੋਲ ਨਹੀਂ ਹੈ ਦੂਰ ਦੂਰ ਤੱਕ, ਉਹਨੇ ਕੋਈ ਲੈਣਾ ਦੇਣਾ ਨਹੀਂ ਹੈ, ਠੀਕ ਆ। ਜੇ ਤੁਹਾਡਾ ਪਾਸਪੋਰਟ 'ਤੇ ਵੀਜ਼ਾ ਲੱਗ ਗਿਆ ਜੇ ਵਰਕ ਪਰਮਿਟ ਦਾ, ਤੁਸੀਂ ਬੜੇ ਮਜ਼ੇ ਨਾਲ ਆਪਣਾ ਇੱਥੋਂ ਜਾ ਸਕਦੇ ਹਾਂ। ਤੁਸੀਂ ਕੰਪਨੀ ਨੂੰ ਦੱਸ ਕੇ ਜਾਓ ਤਾਂ ਵੀ ਕੋਈ ਗੱਲ ਨਹੀਂ, ਨਹੀਂ ਦੱਸ ਕੇ ਜਾਓ ਤਾਂ ਵੀ ਕੋਈ ਗੱਲ ਨਹੀਂ, ਐਜ਼ ਏ ਵਰਕ ਪਰਮਿਟ ਤੁਸੀਂ ਉੱਥੇ ਜਾ ਰਹੇ। ਜੇ ਦੱਸ ਦੋਗੇ ਤਾਂ ਫਿਰ ਵੀ ਕੋਈ ਚੱਕਰ ਨਹੀਂ, ਕਿਉਂਕਿ ਤੁਹਾਡੇ ਕੋਲ ਆਲਰੇਡੀ ਵੀਜ਼ਾ ਹੈਗਾ, ਤੁਸੀਂ ਆਪਦੀ ਫਲਾਈਟ ਫੜੋ, ਜਾਓ ਜਾ ਕੇ ਭਾਵੇਂ ਦੱਸ ਦਿਓ ਉੱਥੇ। ਸੋ ਇੱਕ ਸੌਖਾ ਤਰੀਕਾ ਸੀਗਾ। ਬਾਕੀ ਇਸ ਤੋਂ ਬਾਅਦ 'ਚ ਇੱਕ ਹੋਰ ਕੰਟਰੀ ਆ, ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸੂੰਗਾ, ਕਿ ਉਹਦਾ ਵੀ ਅਸੀਂ ਐਕਸਪੀਰੀਅੰਸ ਕੀਤਾ ਵਾ, ਮੈਂ ਤਾਂ ਇੱਕ ਮੇਰਾ ਦੋਸਤ ਆ ਉਹਨੇ, ਅਤੇ ਉਹਦਾ ਵੀ ਜਿਹੜਾ ਵਾ ਬਹੁਤ ਵਧੀਆ ਉਹਦਾ ਵੀਜ਼ਾ ਲੱਗ ਗਿਆ। ਐਜ਼ ਏ ਮੈਂ ਏਜੰਟ ਨਹੀਂ ਹੈਗਾ, ਆਪਾਂ ਜਸਟ ਜਿੰਨਾ ਹੈਲਪ ਕਰ ਦੀ ਦੀ ਆ ਯਾਰੀ ਦੋਸਤੀ ਦੇ ਵਿੱਚ, ਜਾਂ ਜਿੱਦਾਂ ਵੀ ਜਿਹੜਾ ਕੋਈ ਬੰਦਾ ਹੈ ਨਾ ਵੀ ਲੱਗਦਾ ਵੀ ਹਾਂ ਵੀ ਇਹ ਬੰਦਾ ਕਰ ਸਕਦਾ ਵਾ, ਉਹਦੇ ਨਾਲ ਫਿਰ ਉਹਨਾਂ ਉਹ ਜੇ ਉਹ 70% ਕਰ ਰਿਹਾ, ਜੇ 30% ਮੈਂ ਦੱਸ ਦੂੰਗਾ ਤਾਂ ਉਹਦੇ 'ਚ ਮੇਰਾ ਕੁਛ ਆਉਂਦਾ ਨਹੀਂ ਹੈ ਨਾ, ਅਤੇ ਉਹਦਾ ਵੀ ਮੈਂ ਜਲਦੀ ਤੁਹਾਨੂੰ ਸਰਵ ਦੱਸੂੰਗਾ, ਕਿਉਂਕਿ ਉਹਦਾ ਆਲਰੇਡੀ ਵੀਜ਼ਾ ਲੱਗ ਗਿਆ ਵਾ, ਅਤੇ ਉਹ ਜੋਬ ਦਾ ਥੋੜ੍ਹਾ ਜਿਹਾ ਉਹਨੂੰ ਹੈਗਾ ਵੀ ਉਹਨੂੰ ਸਰਦੀਆਂ ਕਰਕੇ ਜੋਬ ਨਹੀਂ ਮਿਲਦੀ ਵੀ, ਉਹ ਰਮਾਨੀਆਂ ਤੋਂ ਆਲਰੇਡੀ ਚੱਲ ਗਿਆ ਵਾ ਨੀਦਰਲੈਂਡ, ਅਤੇ ਉਹਦਾ ਵੀ ਮੈਂ ਤੁਹਾਨੂੰ ਸਾਰਾ ਡਿਟੇਲ 'ਚ ਦੱਸੂੰਗਾ ਉਹਨੇ ਕਿੱਦਾਂ ਕਿੱਦਾਂ ਕੀ ਪ੍ਰੋਸੈਸ ਕੀਤਾ। ਸੋ ਇਹ ਸੀਗੀ ਵੀਡੀਓ, ਦੇਖਣ ਵਾਲੇ ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।